ਅੱਤਿ ਸ਼ਰੀਏ ਕਾਲ ਪੰਜਾਬੀਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਝਾੜ ਦੀ ਗੱਲ ਕਰਾਂਗੇ ਅੱਜ ਕਿਹੜੀ ਵੈਰਾਈਟੀ ਨੇ ਕਿੰਨਾ ਝਾੜ ਦਿੱਤਾ ਤੇ ਕਿਹੜੀ ਟੌਪ ਤੇ ਚੱਲ ਰਹੀ ਆ ਬਾਕੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਜਿੱਦਾਂ ਆ ਕਣਕ ਪਈ ਆ ਆਪਣੀ ਹਨਾ ਲਾਗਾ ਤੇ ਨੂੰ ਖਾਲ ਦੇ ਉੱਪਰ ਨੂੰ ਹਨਾ ਅੱਜ ਬੁੱਝੇ ਗਰੇਵੇਂ ਆ ਸੜਕ ਪੰਨੂ ਗਰੇਵੇਂ ਵੱਢ ਕੇ ਕੰਪੈਨ ਲੱਗਣ ਤੇ 2-3 ਦਿਨ ਪਹਿਲਾਂ ਇਹ ਆਪਾਂ ਨੇ ਇਹਦੇ ਉੱਪਰ ਕਰ ਲਾਂਗੇ ਕਿਉਂਕਿ ਇਹ ਵੱਢ ਨਹੀਂ ਹੋਣੇ ਕੰਪੈਨ ਤੇ ਇਹ ਜ਼ਰੂਰੀ ਨੋਟ ਕਰਿਓ ਹਨਾ ਦੂਜੇ ਨੰਬਰ ਤੇ ਜਿੰਨੀਆਂ ਵੀ ਲਾਈਨਾਂ ਐ ਬਿਜਲੀ ਦੀਆਂ ਲੰਗਦੀਆਂ ਸੱਚਾ ਐ ਆਪਣੀਆਂ ਟਰਾਂਸਫਾਰਮਾਂ ਉਹਨਾਂ ਦੇ ਆਲੇ-ਦਾਲੇ ਗੌਰ ਰੱਖਿਓ ਅਬਲਾਂ ਦਾ ਬੰਦੇ ਕਰਕੇ ਰੱਖਿਓ ਠੀਕ ਹੈ ਜੀ ਕਿ ਕਿਸੇ ਦਾ ਖਰਾਬ ਨਾ ਹੋਵੇ ਕੰਮ ਜ਼ਰੂਰੀ ਹੈ ਨਾ ਇਹ ਆਪਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਨੀਆਂ ਪੈਣੀਆਂ ਤਾਂ ਆਪਾਂ ਕਾਮਯਾਬ ਹੋ ਸਕਦੇ ਆ ਬਾਅਦ ਵਿੱਚ ਖਰਾਬ ਹੋਵੇ ਤੇ ਕੰਮ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਨੁਕਸਾਨ ਹੋ ਜਵੇ ਹੁਣ ਆਪਾਂ ਨੇ ਸਾਈਡਾਂ ਤੇ ਕਿਉਂ ਵੱਢਣਾ ਆਹ ਦੇਖੋ ਆ ਲਾਗ ਵਾਲੀ ਦੇਖੋ ਢਲੀ ਹਰੀ ਪਈ ਆ ਵਿੱਚ ਦੇਖੋ ਕਿ ਪੂਰੀ ਪੱਕ ਗਈ ਆ ਹੁਣ 4 ਦੀ ਗੱਲ ਕਰਦੇ ਆ ਇਹ ਆਪਣੀਆਂ ਲੇਟ ਕਹਿ ਸਕਦੇ ਆ ਦਰਮਿਆਨੀ ਕਹਿ ਸਕਦੇ ਆ 15 ਨਵੰਬਰ ਨੂੰ ਆਪਾਂ ਨੇ ਬੀਜੀ ਤੀ ਜਿਹੜਾ ਨੁਕਸਾਨ ਹੋਣਾ ਲਾਸ ਹੋਣਾ ਸਾਡੇ ਏਰੀਆ ਸਪੈਸ਼ਲੀ ਕਹਿ ਦਿੰਦਾ ਹਨਾ ਕਿਉਂਕਿ ਕਈ ਏਰੀਆ ਚ ਦਾ ਜਮੇ ਇਜਾਰ ਤੱਕ ਕਿਸਾਨ ਕੁਝ ਵੀ ਬਚਣਾ ਬਚਣਾ ਉਹਨਾਂ ਨੂੰ ਕੁਝ ਵੀ ਨਹੀਂ ਹੈਗਾ ਮੈਂ ਆਪਣੀ ਉਹਦੀ ਗੱਲ ਕਰਦਾ ਜਿੱਥੇ ਕੱਲੀ ਹਵਾ ਚੱਲੀ ਆ ਤੇ ਮੀਂਹ ਘੱਟ ਪਿਆ ਕਿ ਡੁੱਬੀਆਂ ਨਹੀਂ ਹੈਗੀਆਂ ਕਣਕਾਂ ਗਿਰੀਆਂ ਹੋਈਆਂ ਉਨਾ ਦਾ ਨੁਕਸਾਨ ਆ ਜਿਹੜਾ ਐਦਾ ਹੋਣਾ ਜਿਹੜੀ 15 ਨਵੰਬਰ ਦੀ ਆ ਮੈਂ ਤੁਹਾਨੂੰ ਦਾਣਾ ਵੀ ਦਿਖਾ ਦੂੰਗਾ ਕਿ ਹਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਜ਼ਮੀਨ ਲਾਸ ਹੋਇਆ ਪਰ ਅਗੇਤੀਆਂ ਨਾਲੋਂ ਝਾੜ ਘਟ ਨਿਕਲੂਗਾ ਕਿਉਂਕਿ ਦਾਣਾ ਜਿਹੜਾ ਪਿਚਕ ਗਿਆ ਉਹਦੀ ਜਿੰਨਾ ਵੀ ਸੈਜ ਆ ਦਾਣੇ ਦਾ ਉਹ ਦਾਣੇ ਦਾ ਸੈਜ ਘਟ ਗਿਆ ਤਾਂ ਕਰਕੇ ਇਹਦਾ ਜਿਹੜਾ ਨੁਕਸਾਨ 2-3 ਕੁਇੰਟਲ ਦਾ ਤਾਂ ਹੈਗਾ ਹੀ ਆ ਬਾਕੀ ਇੱਕ ਗੱਲ ਹੋਰ ਆ ਮੈਂ 303 ਦੀ ਪਿੱਛੇ ਵੀਡੀਓ ਪਾਈਦੀ ਆਪਣੇ ਯਾਰ ਦੋਸਤ ਨੇ ਮਿੱਤਰ ਨੇ ਹਨਾ ਬੜਾਈ ਤੀ ਉਹ ਮੈਂ ਜੈਨੂਇਨ ਦੱਸਿਆ ਤਾਂ ਕਿ ਭਾਈ 20 ਤੇ ਲੈ ਕੇ 22 ਕੁਆਂਟਲ ਦਾ ਝਾੜ ਲੱਗਦਾ ਠੀਕ ਹੈ ਜੀ ਪਰ ਵਿੱਚ ਕਮੈਂਟ ਆਏ ਕਹਿੰਦੇ ਝੂਠਾ ਹਨਾ ਜਾਂ ਕੁਝ ਵੀ ਆ ਇੱਕ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਤੁਸੀਂ ਕਿਉਂ ਕਹਿ ਦਿੰਦੇ ਆ ਕਿ ਝੂਠ ਬੋਲਦਾ ਤੁਸੀਂ ਕਮੈਂਟ ਦੇਖਿਆ ਉਹਦੇ ਵੀਡੀਓ ਥੱਲੇ ਕਈ ਵੀਰਾਂ ਨੇ 40 ਕੁਆਂਟਲ ਵੀ ਕਿਹਾ ਵਾ ਕਿ 40 ਕੁਇੰਟਲ ਨਿਕਲੇ ਸਾਡੇ ਝਾੜ ਠੀਕ ਹੈ ਜੀ 70 ਮਣ 75 ਮਣ 80 ਮਣ ਐਨਾ ਐਨਾ ਝਾੜ ਦੱਸਿਆ ਵਾ ਠੀਕ ਹੈ ਜੀ ਉਹ ਮੈਂ ਕਿਸੇ ਨੂੰ ਆਪਾਂ ਕਿਉਂ ਕਹੀਏ ਠੀਕ ਆ ਜੋ ਹੈਗਾ ਪ੍ਰਮਾਤਮਾ ਨੇ ਦੇ ਦਿੱਤਾ ਵਧੀਆ ਗੱਲ ਆ ਉਹੀ ਨਾ ਤੁਸੀਂ ਉਹ ਕਰਲੇ ਕਰੋ ਕਿ ਹਾਂ ਮੈਂ ਤਾਂ 40 ਨੂੰ ਕਿਹਾ ਵੀ ਰ ਆ ਸਕਦਾ ਕੋਈ ਵੱਡੀ ਗੱਲ ਨਹੀਂ ਮਿਹਨਤ ਆ ਤੁਹਾਡੀ ਮਿਹਨਤ ਆ ਨਾ ਸਾਰਾ ਕੁਝ ਆ ਐਕਤੀ ਝਾੜ ਸੋਹਣੇ ਆਉਣ ਦਾ ਕੰਮ ਉਹ ਆ ਕੁਦਰਤ ਮੌਸਮ ਬੀਜ ਸਾਰੇ ਬੈਸਟ ਆ ਜਿਹਦੇ ਚ 187 ਪਹਿਲੇ ਨੰਬਰ 'ਤੇ ਚੱਲਦਾ 187 ਹਰੇਕ ਦੇ ਜਿਹਦੇ ਵੀ ਹੈਗਾ 222 187 272 ਠੀਕ ਹੈ ਜੀ 303 ਸਭ ਦੇ ਵਧੀਆ ਹੀ ਆ ਵਧੀਆ ਕਿਉਂ ਆ ਮੌਸਮ ਮੌਸਮ ਠੰਡਾ ਰਿਹਾ ਲਾਸਟ ਤੱਕ ਤਾਂ ਕਰਕੇ ਚਾਹੇ ਗਿਰੀ ਹੋਈ ਆ ਅਗੇਤੀ ਚਾਹੇ ਖੜੀ ਆ ਸਭ ਦੇ ਝਾੜ ਟਾਪਦੇ ਆ ਗੱਲ ਆ ਗਈ ਲੇਟ ਵਾਲੇ ਜਿਹੜੇ ਆਹ ਲੇਟ ਵਾਲੇ ਬਹਾਨਾ ਇਹਨਾਂ ਦਾ ਝਾੜ ਦਾ ਬੇਰਬਾਦ ਦਵਾਂਗਾ ਪਰ ਅਗੇਤੀ ਨਾਲੋਂ ਝਾੜ ਦੇ ਵਿੱਚ ਕਟੌਤੀ ਆਉਗੀ ਉਹ ਆਉਗੀ 2 ਕੁਇੰਟਲ ਦੀ ਘੱਟੋ ਘੱਟ ਕਿਉਂ ਆਉਗੀ ਆ ਤੁਹਾਨੂੰ ਸਬੂਤੇ ਦੇ ਦਿੰਨਾ ਠੀਕ ਹੈ ਜੀ ਆਹ ਦੇਖੋ ਥੱਲੇ ਵਾਲਿਆਂ ਨੇ ਕਿਹਾ ਝਾੜ ਦੇਣਾ ਚੱਕੋ ਆ ਜੱਟਾ ਚੱਕੋ ਲਓ ਲੋ ਦਾਣੇ ਦਾ ਸਾਈਜ਼ ਦੇਖੋ ਠੀਕ ਹੈ ਜੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਟੋਪ ਦੀ ਰਹੂਗੀ ਜਾਂ ਜਮੀ ਥੱਲੇ ਜਾਊਗੀ 19 18 20 ਦਾ ਚਾਰਡ ਰਹੂਗਾ ਇਹਦਾ ਜਿਹੜੇ ਥੱਲੇ ਆ ਦਾਣੇ ਉਹ ਤਾਂ ਖਤਮ ਆ ਉੱਪਰ ਵਾਲੇ ਸੋਨੇ ਆ ਬਹੁਤ ਬੇਰਾਂ ਵਰਗੇ ਦਾਣੇ ਆ ਜਿਹੜੇ ਉੱਪਰ ਰਹਿਗੇ ਸੂਰਜ ਦੀ ਰੋਸ਼ਨੀ ਦੇ ਵਿੱਚ ਉਹ ਕਮਾਲ ਦੇ ਆ ਵੈਰਾਈਟੀਆਂ ਸਾਰੀਆਂ ਕਮਾਲ ਦੀਆਂ ਆਪਣਾ ਬੀਜ ਜਰੂਰ ਰੱਖਿਓ ਠੀਕ ਹੈ ਜੀ ਦੋ ਚਾਰ ਗੇੜੇ ਲੱਗ ਕੇ ਕੰਬੈਨ ਤੇ ਉਹਦੇ ਬਾਅਦ ਆਪਣਾ ਬੀਜ ਰੱਖ ਲਿਓ ਟਰਾਲੀ ਦੇ ਵਿੱਚ ਤੇ ਉਹ ਚੰਗੇ ਰਹੂਗੇ ਮੰਡੀ 'ਚ ਰਿਲਾਇਸ ਹੋ ਜਾਂਦੀ ਆ ਹੋਰ ਦਾਣੇ ਹੋ ਜਾਂਦੇ ਆ ਟੌਪ ਲੀਆਂ ਬਾਈ ਵੈਰਾਈਟੀਆਂ ਜਿਹਦੇ ਚੋਂ 222 272 826 ਗਿਰਦੀਆਂ ਘਾਟਾਂ ਗਾਹਾਂ ਨੂੰ ਇਹ ਆ ਇਹ ਨਹੀਂ ਹੈਗਾ ਕਿ ਆਪਾਂ ਨੇ ਅੱਜ ਐਕਤੀ ਕਹਿਤਾ ਬਹੁਤ ਸੋਹਣੀ ਐ ਗਾਹਾਂਲੇ ਸਾਲ ਆਪਾਂ ਇਹ ਬੀਜੀ ਹੈ ਹਨਾ ਤਾਂ ਆਪਾਂ ਨੂੰ ਵਧੀਆ ਰਹੂਗਾ ਕੰਮ 187 ਵੀ ਸਭ ਤੋਂ ਟੌਪ ਆ ਪਰ ਗਿਰਦਨ ਦੀ ਸਮੱਸਿਆ ਜਿਹੜੀ ਇਹ ਜ਼ਿਆਦਾ ਆਉਂਦੀ ਆ 303 ਵੀ ਗਿਰੀ ਹੋਈ ਆ ਆ ਦੇਖੋ ਤੁਹਾਡੇ ਸਾਹਮਣੇ 303 ਆ ਇਹ 187 ਨਾਲੇ ਵੀ ਗਿਰੀ ਵੀ ਆ ਪਰ ਇੰਨੀ ਨਹੀਂ ਗਿਰੀ ਵੀ ਕਿ ਜਮੀ ਥੱਲੇ ਪੈ ਗਈ ਲਟ ਗਈ 187 ਜ਼ਿਆਦਾ ਲਟਦੀ ਆ ਠੀਕ ਆ ਜੀ ਪਰ 222 272 ਤੇ 826 ਇਹ ਗਿਰੀਆਂ ਨਹੀਂ ਹੈਗੀਆਂ ਕੱਟ ਗਿਰੀਆਂ ਜਿਨ੍ਹਾਂ ਬੀਜੇ ਜ਼ਿਆਦਾ ਪਾਤਾ ਜਿਨ੍ਹਾਂ ਗੁੱਲੀ ਡੰਡੇ ਦੀਆਂ ਤਿੰਨ ਤਿੰਨ ਚਾਰ ਚਾਰ ਸਪਰੇਹਾਂ ਕਰਾਤੀਆਂ ਉਹਨਾਂ ਦੇ ਤਾਂ ਭਾਈ ਸਾਰੀਆਂ ਗਿਰ ਗਈਆਂ ਪਾਣੀ ਦੀ ਮੈਨੇਜਮੈਂਟ ਸਹੀ ਨਹੀਂ ਹੈਗੀ ਉਹਨਾਂ ਦੇ ਗਿਰੀਆਂ ਬਾਕੀ ਕੱਟ ਗਿਰਦੀ ਆ ਕਿਹ ਇੱਕਤੀ ਝਾੜਾਂ ਜਿਹੜੇ ਅਗੇਤੀਆਂ ਦੇ ਟੋਪ ਆ ਜਿੰਨਾ ਕਹਿ ਦੋ ਉਹਨਾਂ ਥੋੜਾ ਠੀਕ ਹੈ ਜੀ ਵਧੀਆ ਝਾੜਾਂ ਕਿ 25 25 ਕੁਇੰਟਲ ਦੇ ਨੇੜ ਤੇੜ ਹੈਗੇ ਆ ਝਾੜਾ ਕਮੈਂਟ ਦੱਸਦੇ ਆ ਮੈਂ ਨਹੀਂ ਕਹਿੰਦਾ ਮੈਨੂੰ ਐਡਰੈਸ ਵੀ ਬੰਦੇ ਦੱਸਦੇ ਆ ਤੁਸੀਂ ਵੀ ਦੱਸਿਓ ਆਪਣਾ ਕਿੰਨਾ ਝਾੜ ਆਇਆ ਠੀਕ ਆ ਜੀ ਫਾਜ਼ਿਲਕਾ ਤੇ ਲੈ ਕੇ ਆ ਪਟਿਆਲੇ ਥਾਈ ਪਟਿਆਲੇ ਤੇ ਇਧਰ ਨੂੰ ਆਪਣਾ ਮੰਨ ਕੇ ਸਾਰੇ ਪੰਜਾਬ ਚੋਂ ਮੈਸੇਜ ਆਏ ਆ 30 35000 ਵੀਡੀਓ ਚੱਲੀ ਆ ਆਪਣੀ ਪਿਛਲੀ ਠੀਕ ਆ ਤੁਸੀਂ ਮੈਨੂੰ ਕਹਿ ਦੂਗੇ ਕਿ ਚੱਲ ਝੂਠ ਇੱਕ ਬੰਦਾ ਬੋਲ ਸਕਦਾ ਸਾਰੇ ਨਹੀਂ ਬੋਲ ਸਕਦੇ ਮੌਸਮੇ ਦੱਸ ਰਿਹਾ ਕਿ ਝਾੜ ਟੋਪ ਨੇ ਆ ਲੇਟ ਠੰਡ ਪਾਉਗੀ ਤਾਂ ਕਣਕ ਦੀ ਵੈਰਾਈਟੀ ਜਿਹੜੀ ਮਰਜੀ ਆ ਸਾਰੀਆਂ ਵਧੀਆ ਠੀਕ ਆ ਇੱਕ ਈ ਉਹੀ ਕੰਮ ਹੋਇਆ ਸਾਰੀਆਂ ਕਣਕ ਦੀਆਂ ਵੈਰਾਈਟੀਆਂ ਵਧੀਆ ਹੁਣ ਦੇਖਦੇ ਆ ਪਛੇਤੀਆਂ ਦੀ ਬਾਰੀ ਆਉਂਦੀ ਆ ਜਿਹੜੀਆਂ 5 ਨਵੰਬਰ ਤੇ 15 ਨਵੰਬਰ ਵਾਲੀਆਂ ਉਹ ਜੋ ਜੇ ਕਿਸੇ ਵੀਰ ਨੇ ਮੇਰੇ ਨੇ 15 10 ਦੇ 15 ਦੇ ਵਿੱਚ ਵਿੱਚ ਬੀਜੀ ਹੋਈ ਕੋਈ ਵੈਰਾਈਟੀ ਆ ਗਿਰੀ ਪਈ ਆ ਇੱਕਣਾ ਉਦਾਂ ਝਾੜ ਜ਼ਰੂਰ ਦੱਸਿਓ ਮੈਨੂੰ ਕਿ ਦਾਣਾ ਪਿਚ ਗਿਆ ਕਿ ਨਹੀਂ ਪਿਚ ਗਿਆ ਕਿਦਾਂ ਦਾ ਮਾਹੌਲ ਆ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਚ